ਸਵਾਗਤ ਆ ਜੀ ਅੱਜ ਦੇ ਵਲੋਗ 'ਚ ਅਤੇ ਅੱਜ ਸਭਾ ਦਾ ਲਾਸਟ ਡੇ ਅਤੇ ਅੱਜ ਥੋੜ੍ਹਾ ਜਿਹਾ ਪਹਿਲਾਂ ਤੁਹਾਨੂੰ ਦੂਜੇ ਲੰਗਰਾਂ 'ਚ ਲੈ ਕੇ ਚੱਲਦੇ ਹਾਂ। ਇਹ ਆ ਜੀ ਪਿੰਡ ਬਰਨਾਲੇ ਦਾ ਲੰਗਰ, ਇਹ ਹਰ ਸਾਲ ਜਲੇਬੀਆਂ ਦਾ ਲੰਗਰ ਦਿੰਦੇ ਨੇ। ਨਾਲ ਹੀ ਆ ਜੀ ਚਾਹ ਦੇ ਛੋਲਿਆਂ ਦਾ ਲੰਗਰ, ਆ ਵੀ ਪਿੰਡ ਪੰਜੋਕਣ ਸਾਹਿਬ ਦੀ ਸੰਗਤ ਵੱਲੋਂ ਹੀ ਹੈ। ਆਓ ਚੱਲਦੇ ਹਾਂ ਅੰਦਰ, ਇੱਥੇ ਬਣ ਰਹੇ ਨੇ ਜੀ ਛੋਲੇ, ਤਿਆਰ ਕਰ ਰਹੇ ਨੇ, ਸਾਰਾ ਮਸਾਲਾ ਪਿਆ ਇੱਥੇ। ਹਾਂਜੀ ਵੈਸੇ ਤਾਂ ਲੰਗਰ ਦੀ ਸਮਾਪਤੀ ਹੋ ਗਈ ਸੀ ਜੀ, ਪਰ ਮਹਾਰਾਜ ਦੀ ਕਿਰਪਾ ਨਾਲ ਸੇਬਾਂ ਦੀ ਪੇਟੀਆਂ ਬਚ ਗਈਆਂ ਸੀ ਕਾਫੀ, ਬਾਬਾ ਜੀ ਨੇ ਬਰਕਤ ਕੀਤੀ ਅਤੇ ਹੁਣ ਉਹ ਸਾਪ 'ਤੇ ਹੀ ਸੇਬ ਵਰਤਾ ਰਹੇ ਨੇ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਪਰਸੋਂ ਨੂੰ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਦੇ ਨਾਲ ਫਰੂਟ ਚਾਟ ਦਾ ਲੰਗਰ ਸਟਾਰਟ ਕੀਤਾ ਸੀਗਾ 12 ਵਜੇ, ਅਤੇ ਅੱਜ 7 ਵਜੇ ਉਹਦੀ ਸਮਾਪਤੀ ਹੋ ਗਈ। ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਛ ਵਧੀਆ ਰਿਹਾ, ਭਰਪੂਰ ਰਿਹਾ, ਵੱਧਦੇ ਹੋਏ ਸਾਰੇ ਕਾਸੇ 'ਚ। ਸਾਰਿਆਂ ਦੇ ਸਹਿਯੋਗ ਦਾ ਧੰਨਵਾਦ, ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਮਾਇਆ ਦੀ ਭੇਟਾ ਦਿੱਤੀ ਅਤੇ ਸਾਰਿਆਂ ਨੇ ਸਹਿਯੋਗ ਕੀਤਾ, ਉਹਨਾਂ ਦਾ ਧੰਨਵਾਦ ਤਹਿ ਦਿਲ ਤੋਂ। ਯੂਥ ਕਲੱਬ ਵੱਲੋਂ ਜਿਹੜੇ ਮੈਂਬਰ ਖੜ੍ਹੇ, ਇਹਨਾਂ ਨੇ ਭਰਪੂਰ ਸਹਿਯੋਗ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।